ਅੱਜ ਸਬਜ਼ੀ ਲੈਣ ਵਾਸਤੇ ਆਏ ਹਾਂ ਅਤੇ ਕੱਲ੍ਹ ਦੇ ਰੇਟ ਨਾਲੋਂ ਅੱਜ ਰਾਤ ਦੀ ਖਬਰ ਦੇ ਨਾਲ ਹੀ ਡਬਲ ਰੇਟ ਹੋ ਗਿਆ। ਜੇ ਕੱਲ੍ਹ ਮਿਰਚ 30 ਰੁਪਏ ਕਿਲੋ ਸੀ ਅੱਜ 60 ਰੁਪਏ ਭਾਅ ਜੀ ਦੱਸਣ ਡੇ, ਜੇ ਟਮਾਟਰ 30 ਰੁਪਏ ਕਿਲੋ ਸੀ ਅੱਜ 60 ਰੁਪਏ ਹੋ ਗਿਆ। ਅਤੇ ਇਹ ਜਦੋਂ ਅਸੀਂ ਸਨਮਾਨ ਲੈਣ ਵਾਸਤੇ ਆਏ ਹਾਂ ਅਤੇ ਮੇਰਾ ਤਾਂ ਜਿਹੜਾ ਲਿਫਾਫੇ 'ਚ ਪਾਉਣ ਲੱਗਿਆ ਜਿਹੜਾ ਦਿਲ ਪਿੱਛੇ ਹੋ ਗਿਆ ਕਿ ਮੈਂ ਸਨਮਾਨ ਕਿੱਦਾਂ ਲਵਾਂ, ਕਿ ਮੇਰੇ ਬਜਟ ਨਹੀਂ ਇੰਨਾ ਵਾਰਾ ਖਾਂਦਾ ਕਿ ਮੈਂ ਆਪਣੇ ਬਜਟ ਤੋਂ ਬਾਹਰ ਜਾ ਸਕਾਂ। ਔਰ ਤੁਸੀਂ ਪੈਟਰੋਲ ਪੰਪਾਂ 'ਤੇ ਚੱਲ ਜਾਓ, ਮੈਂ ਸਵੇਰੇ ਪੈਟਰੋਲ ਪੰਪ ਪਾ ਕੇ ਹਾਂ, ਮੇਰੇ 2 ਵਾਰੀ 60 ਲੱਖ ਚਲੀ ਸੀ ਗੋਡੇ 'ਤੇ ਕਿ ਮੈਂ ਡਿੱਗ ਪੈਣ ਲੱਗਾ ਸੀ। ਅਤੇ ਮੈਂ ਕਿਹਾ ਹੁਣ ਜੇ ਮੈਂ ਪੈਟਰੋਲ ਨਾ ਪਾਇਆ ਸਵੇਰੇ ਬੱਚਿਆਂ ਨੂੰ ਸਕੂਲ ਲੈਣ ਜਾਣਾ ਆਉਣਾ ਹੋਵੇ ਇਹ ਮੈਂ ਕਿੱਦਾਂ ਕਰਾਂਗਾ, ਪੈਟਰੋਲ ਤਾਂ ਮੈਨੂੰ ਚਾਹੀਦਾ ਹੀ ਚਾਹੀਦਾ ਵੇ, ਹਰ ਰਾਤ ਚਾਹੀਦਾ। ਜੇ ਅੱਜ ਨਾ ਮਿਲਿਆ ਤਾਂ ਕੱਲ੍ਹ ਨੂੰ ਵੈਸੇ ਪੈਟਰੋਲ ਪੰਪ ਬੰਦ ਨੇ। ਇੱਕ ਕਹਿੰਦੇ ਰੇਟ ਨੂੰ ਕਾਫੀ ਫਰਕ ਪਏਗਾ, ਜਿਹੜੀ ਕਹਿੰਦੇ ਚੀਜ਼ ਆਪਾਂ ਕਹਿੰਦੇ ਕੋਈ 30-40 ਰੁਪਏ ਕਿਲੋ ਵੇਚਦੇ ਸੀ ਉਹ ਅੱਜ ਪਹਿਲੇ ਦਿਨ ਹੀ ਅੱਜ ਉਹ 60-80 ਦੇ ਪਹੁੰਚ ਗਈ ਆ, ਯਾਨੀ ਕਿ ਡਬਲ ਰੇਟ ਹੋ ਗਿਆ। ਅੱਜ ਹੜਤਾਲ ਕੱਲ੍ਹ ਤੋਂ ਸ਼ੁਰੂ ਹੋਣੀ ਆ, ਵਪਾਰੀ ਵਰਗ ਨੇ ਪਹਿਲੇ ਹੀ ਰੇਟ ਕਾਫੀ ਤਾਂ ਕਰਤੇ ਆ। ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਲੋਕਾਂ ਦਾ ਜੀਵਨ ਕਿਤੇ ਨਾ ਕਿਤੇ ਜ਼ਰੂਰ ਮੁਸ਼ਕਲਾਂ ਦੇ ਵਿੱਚ ਘਿਰੇਗਾ, ਕਿਉਂਕਿ ਪਿੱਛੋਂ ਜਿਹੜਾ ਵੀ ਸਮਾਨ ਆਉਣਾ ਵਾ, ਚਾਹੇ ਉਹ ਡੇਲੀ ਨੀਡਸ ਦੀ ਕੋਈ ਵੀ ਚੀਜ਼ ਹੋਵੇ, ਚਾਹੇ ਉਹ ਸਬਜ਼ੀਆਂ ਹੋਣ ਜਾਂ ਰਾਸ਼ਨ ਹੋਵੇ, ਜੋ ਵੀ ਬਾਹਰੋਂ ਆਉਂਦਾ ਵਾ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਜਾਂਦਾ ਵਾ, ਤਾਂ ਉਹ ਡਰਾਈਵਰਾਂ ਦੇ ਰਾਹੀਂ ਆਉਂਦਾ ਵਾ, ਟਰੱਕਾਂ ਦੇ ਰਾਹੀਂ ਆਉਂਦਾ ਵਾ, ਕਿਤੇ ਨਾ ਕਿਤੇ ਜ਼ਰੂਰ ਆਮ ਲੋਕਾਂ ਦਾ ਜਿਹੜਾ ਨੁਕਸਾਨ ਆ, ਜਿਹੜਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਿਤੇ ਨਾ ਕਿਤੇ ਕਰਨਾ ਪਵੇਗਾ। ਸਬਜ਼ੀ ਦੇ ਰੇਟਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਹੁਣ ਅਸਮਾਨ ਨੂੰ ਛੂਣਗੀਆਂ, ਕਿਉਂਕਿ ਲਗਾਤਾਰ ਟਰੱਕਾਂ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਮਾਲ ਆਉਂਦਾ ਸੀ, ਜਿਸ ਤਰੀਕੇ ਨਾਲ ਪਿਆਜ਼ ਹੋ ਗਿਆ ਜਾਂ ਹੋਰ ਸਮਾਨ ਹੋ ਗਿਆ ਉਹ ਬਾਹਰਲੀਆਂ ਸਟੇਟਾਂ ਤੋਂ ਜ਼ਿਆਦਾਤਰ ਆਉਂਦਾ ਸੀ, ਮਿਰਚਾਂ ਹੋ ਗਈਆਂ ਤਾਂ ਉਹ ਬਾਹਰਲੀਆਂ ਸਟੇਟਾਂ ਤੋਂ ਆਉਂਦੀਆਂ ਸੀ, ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਦਾ ਜੀਵਨ ਆ ਜਿਹੜਾ ਉਹ ਕਿਤੇ ਨਾ ਕਿਤੇ ਜ਼ਰੂਰ ਮੁਸ਼ਕਲ ਦੇ ਵਿੱਚੋਂ ਨਿਕਲੇਗਾ। ਜ਼ਰੂਰ ਗੱਲਬਾਤ ਕਰਾਂਗੇ ਇੱਥੇ ਲੋਕ ਜਿਹੜੇ ਪਹੁੰਚੇ ਨੇ ਸਬਜ਼ੀ ਲੈਣ, ਕਿ ਕਿਸ ਤਰੀਕੇ ਨਾਲ ਦੇਖਦੇ ਹੋ। ਭਾਈ ਸਾਹਿਬ ਕਿੱਥੋਂ ਆਏ ਜੀ? ਅਸੀਂ ਹੈ ਤਾਂ ਬਟਾਲੇ ਨੇ ਭਾਅ ਜੀ, ਅੱਜ ਸਬਜ਼ੀ ਲੈਣ ਵਾਸਤੇ ਆਏ ਹਾਂ ਅਤੇ ਕੱਲ੍ਹ ਦੇ ਰੇਟ ਨਾਲੋਂ ਅੱਜ ਰਾਤ ਦੀ ਖਬਰ ਦੇ ਨਾਲ ਹੀ ਡਬਲ ਰੇਟ ਹੋ ਗਿਆ। ਜੇ ਕੱਲ੍ਹ ਮਿਰਚ 30 ਰੁਪਏ ਕਿਲੋ ਸੀ ਅੱਜ 60 ਰੁਪਏ ਭਾਅ ਜੀ ਦੱਸਣ ਡੇ, ਜੇ ਟਮਾਟਰ 30 ਰੁਪਏ ਕਿਲੋ ਸੀ ਅੱਜ 60 ਰੁਪਏ ਹੋ ਗਿਆ। ਇਹ ਕਰੋਨਾ ਦੇ ਵਿੱਚ ਜਦੋਂ ਇਹਨਾਂ ਨੇ ਮੋਦੀ ਨੇ ਐਲਾਨ ਕੀਤਾ ਸੀ ਕਿ ਇੰਨਾ ਚਿਰ ਵਾਸਤੇ ਕਰਫਿਊ ਲਾ ਦਿੱਤਾ, ਔਰ ਇੱਥੇ ਹੜ੍ਹ ਵਾਂਗੂ ਲੋਕ ਜਿਹੜੇ ਆ ਕਿ ਲੋਕਾਂ ਦੇ ਸਬਜ਼ੀਆਂ ਦੇ ਵਿੱਚ ਪੈ ਗਏ ਸੀ, ਅਤੇ ਭਾਅ ਜਿਹੜਾ 20 ਰੁਪਏ ਕਿਲੋ ਵਾਲਾ ਪਿਆਜ਼ ਸੀ ਉਹ 60-70-80 ਰੁਪਏ ਕਿਲੋ ਤੱਕ ਚਲਾ ਗਿਆ। ਸਾਨੂੰ ਤਾਂ ਸਰਕਾਰਾਂ ਦੀ ਸਮਝ ਨਹੀਂ ਆਉਂਦੀ, ਲੋਕਾਂ ਕੋਲੋਂ ਰੋਟੀ ਦਾ ਖਰਚਾ ਨਹੀਂ ਹੋਣ ਡਿਆ। ਅਤੇ ਇਹ ਜਦੋਂ ਅਸੀਂ ਸਨਮਾਨ ਲੈਣ ਵਾਸਤੇ ਆਏ ਹਾਂ ਅਤੇ ਮੇਰਾ ਤਾਂ ਜਿਹੜਾ ਲਿਫਾਫੇ 'ਚ ਪਾਉਣ ਲੱਗਿਆ ਜਿਹੜਾ ਦਿਲ ਪਿੱਛੇ ਹੋ ਗਿਆ ਕਿ ਮੈਂ ਸਨਮਾਨ ਕਿੱਦਾਂ ਲਵਾਂ, ਕਿ ਮੇਰੇ ਬਜਟ ਨਹੀਂ ਇੰਨਾ ਵਾਰਾ ਖਾਂਦਾ ਕਿ ਮੈਂ ਆਪਣੇ ਬਜਟ ਤੋਂ ਬਾਹਰ ਜਾ ਸਕਾਂ, ਅਤੇ ਮੈਂ ਤਾਂ ਕਹਿੰਦਾ ਇਹ ਕੰਮ ਹੋਣਾ ਨਹੀਂ ਚਾਹੀਦਾ। ਜਿਹੜੀ ਸਰਕਾਰ ਚੱਲਣ ਡਈ ਇਹਨੂੰ ਜਿੱਦਾਂ ਪਬਲਿਕ ਚੱਲਣ ਡਈ ਇਹਨੂੰ ਚੱਲਣਾ ਚਾਹੀਦਾ। ਇਹ ਪਬਲਿਕ 'ਤੇ ਕਿਉਂ ਬੋਝ ਸਰਕਾਰ ਪਾਉਂਦੀ ਹੈ, ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਸਰਕਾਰਾਂ ਦੀ ਕਿ ਇਹ ਜਿਹੜੀ ਪਬਲਿਕ 'ਤੇ ਬੋਝ ਹੈ। ਹੁਣ ਆਟਾ ਲਓਗੇ ਅੱਜ 30 ਰੁਪਏ ਕਿਲੋ, ਗਏ ਕੱਲ੍ਹ ਹੋ ਸਕਦਾ 50-50 ਰੁਪਏ ਕਿਲੋ ਮਿਲੇ। ਲੋਕਾਂ ਨੂੰ ਖਾਣ ਦੇ ਵਾਸਤੇ ਪਹਿਲਾਂ ਹੀ ਇੰਨੇ ਲਾਲੇ ਪੇਜਦੇ ਆ ਕਿ ਅਸੀਂ ਲੋਕ ਪਰੇਸ਼ਾਨ ਹਾਂ, ਪਰ ਦੱਸੋ ਹੁਣ ਸਰਕਾਰ ਨਾਲ ਅਸੀਂ ਚੱਕਰ ਨਹੀਂ ਲੈ ਸਕਦੇ, ਆਮ ਪਬਲਿਕ ਨਹੀਂ ਲੈ ਸਕਦੀ, ਆਪੋਜੀਸ਼ਨ ਲੈ ਸਕਦੀ ਹੈ। ਆਪੋਜੀਸ਼ਨ ਦਾ ਫਰਜ਼ ਬਣਦਾ ਕਿ ਇਹਦੇ ਸਵਾਲ ਦਾ ਜਵਾਬ ਦੇਵੇ। ਔਰ ਤੁਸੀਂ ਪੈਟਰੋਲ ਪੰਪਾਂ 'ਤੇ ਚੱਲ ਜਾਓ, ਮੈਂ ਸਵੇਰੇ ਪੈਟਰੋਲ ਪੰਪ ਪਾ ਕੇ ਹਾਂ, ਮੇਰੇ 2 ਵਾਰੀ 60 ਲੱਖ ਚਲੀ ਸੀ ਗੋਡੇ 'ਤੇ ਕਿ ਮੈਂ ਡਿੱਗ ਪੈਣ ਲੱਗਾ ਸੀ। ਅਤੇ ਮੈਂ ਕਿਹਾ ਹੁਣ ਜੇ ਮੈਂ ਪੈਟਰੋਲ ਨਾ ਪਾਇਆ ਸਵੇਰੇ ਬੱਚਿਆਂ ਨੂੰ ਸਕੂਲ ਲੈਣ ਜਾਣਾ ਆਉਣਾ ਹੋਵੇ ਇਹ ਮੈਂ ਕਿੱਦਾਂ ਕਰਾਂਗਾ, ਪੈਟਰੋਲ ਤਾਂ ਮੈਨੂੰ ਚਾਹੀਦਾ ਹੀ ਚਾਹੀਦਾ ਵੇ, ਹਰ ਰਾਤ ਚਾਹੀਦਾ। ਜੇ ਅੱਜ ਨਾ ਮਿਲਿਆ ਤਾਂ ਕੱਲ੍ਹ ਨੂੰ ਵੈਸੇ ਪੈਟਰੋਲ ਪੰਪ ਬੰਦ ਨੇ, ਪਬਲਿਕ ਇਹ ਸਮਝੋ ਕਿ ਤੁਹਾਡੀ ਗੱਡੀ ਰੁਕ ਗਈ ਸਰਕਾਰ ਦੀ, ਪਬਲਿਕ ਰੁਕ ਗਈ। ਇਹ ਇੱਕ ਜਿੱਦਾਂ ਇੱਕ ਚੱਕਾ ਜਾਮ ਹੋ ਜਾਂਦਾ ਨਾ, ਇਹ ਸਮਝੋ ਚੱਕਾ ਜਾਮ ਸਰਕਾਰ ਖੁਦ ਕਰ ਰਹੀ ਹੈ, ਪਬਲਿਕ ਨਹੀਂ ਕਰ ਰਹੀ। ਪਬਲਿਕ ਤਾਂ ਅੱਗੇ ਪਰੇਸ਼ਾਨ ਹੈ ਵਿਚਾਰੀ, ਉਹਨਾਂ ਕੋਲ ਰੋਟੀ ਖਾਣ ਦੇ ਹੋਗੇ, ਪੈਸੇ ਨਹੀਂ ਹੈਗੇ। ਮੈਂ ਤਾਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰ ਦੇ ਅੱਗੇ ਕਿ ਇਹਦੇ 'ਤੇ ਗੌਰ ਕੀਤਾ ਜਾਵੇ, ਮਹਿੰਗਾਈ ਵਧਾਉਣ ਦੀ ਬਜਾਏ ਘਟਾਓ। ਤੁਸੀਂ ਘਟਾਉਣ ਦੀ ਬਜਾਏ ਵਧਾਤੀ ਹੈ, ਉੱਤੋਂ ਇਲੈਕਸ਼ਨ ਆ ਗਿਆ, ਕੱਲ੍ਹ ਨੂੰ ਤੁਸੀਂ ਵੋਟਾਂ ਕਿੱਥੋਂ ਲਓਗੇ?
ਲੋਕ ਅੱਜ ਤੁਸੀਂ ਮਹਿੰਗਾਈ ਰੁਪਈਏ ਦੀ ਚੀਜ਼ ਦੀ 5 ਰੁਪਏ ਦੀ ਕੱਟਦੀ, ਮਾੜਾ ਬੰਦੇ ਕੋਲ ਦਿਹਾੜੀ ਨਹੀਂ ਲੱਗਣ ਡਈ, ਦੁਕਾਨਦਾਰ ਕੋਲ ਗਾਹਕ ਨਹੀਂ ਹੈਗਾ, ਰੇਹੜੀ ਆਉਣ ਵਾਲੇ ਆ ਵਿਚਾਰੇ ਉਹ ਆਪ ਪਰੇਸ਼ਾਨ ਨੇ, ਜਿਹੜੀ ਸਵੇਰੇ 30 ਰੁਪਏ ਕਿਲੋ ਚੀਜ਼ ਲਿਆਉਂਦੇ ਸੀ ਉਹ 100 ਰੁਪਏ ਕਿਲੋ ਮਿਲ ਰਹੀ ਹੈ। ਮੈਂ ਹੱਥ ਜੋੜ ਕੇ ਸਰਕਾਰ ਅੱਗੇ ਦੁਬਾਰਾ ਬੇਨਤੀ ਕਰਦਾ ਇਹਨੂੰ ਕੰਟਰੋਲ ਕੀਤਾ ਜਾਵੇ, ਨਹੀਂ ਤਾਂ ਆਪੋਜੀਸ਼ਨ ਦੇ ਨਾਲ ਬਹੁਤ ਇਹਨਾਂ ਨੂੰ ਨੁਕਸਾਨ ਹੋਏਗਾ। ਬਿਲਕੁਲ ਭਾਈ ਸਾਹਿਬ, ਜਿਸ ਤਰੀਕੇ ਨਾਲ ਕੋਈ 300-400 ਰੁਪਇਆ ਦਿਹਾੜੀ ਕਮਾਉਂਦਾ ਵਾ ਉਹਦੇ ਵਾਸਤੇ ਘਰ ਚਲਾਉਣਾ ਬੜਾ ਇਸ ਟਾਈਮ ਔਖਾ ਵਾ, ਕਿਉਂਕਿ ਸਬਜ਼ੀ ਇੰਨੀ ਮਹਿੰਗੀ ਹੈ, ਪੈਟਰੋਲ ਮਿਲਣਾ ਨਹੀਂ, 500 ਦੀ ਸਬਜ਼ੀ ਹੋਈ ਲੈ ਜਾਏਗਾ, ਘਰ ਨਹੀਂ ਚਲਾਏਗਾ, ਆਪਣੇ ਬੱਚਿਆਂ ਨੂੰ ਦੁੱਧ ਕਿੱਥੋਂ ਪਿਆਏਗਾ। ਜੇ ਦੁੱਧ ਵੀ ਅੱਜ ਲੈਣ ਜਾਵਾਂਗੇ ਨਾ, ਅੱਜ 50 ਰੁਪਈਏ 60 ਰੁਪਈਏ ਹੋ ਸਕਦਾ, ਦੁੱਧ ਵਾਲਾ ਵੀ ਸਵੇਰੇ 100 ਰੁਪਈਏ ਕਰਦੇ, ਆਖੇਗਾ ਭਾਅ ਜੀ ਦੁੱਧ ਲੈਣਾ ਜੇ ਤਾਂ ਲੈ ਲਓ, ਇਹਦੇ ਨਾਲ ਫਿਰ ਚੰਗਾ ਇੱਕ ਪੈਕਟ ਸੁੱਕਾ ਦੁੱਧ ਦਾ ਲੈ ਕੇ ਭਰਾਵਾ ਰੱਖ ਲਾਂਗੇ, ਔਖੇ ਸੌਖੇ ਚਾਹ ਪੀਆਂਗੇ, ਨਾ ਕਿਸੇ ਵੱਲ ਰਿਸ਼ਤੇ ਵੱਲ ਜਾਓ ਅਤੇ ਨਾ ਕੋਈ ਰਿਸ਼ਤੇਦਾਰ ਨੂੰ ਘਰ ਬੁਲਾਓ, ਕਿਉਂਕਿ ਚਾਹ ਤਾਂ ਪੀਣੀ ਪੀਣੀ ਪੈਣੀ ਹੈ ਅਤੇ ਪਿਆਣੀ ਵੀ ਪੈਣੀ ਉਹਨੂੰ। ਜੇ ਪੀ ਕੇ ਅਸੀਂ ਆਉਂਦੇ ਹਾਂ ਕਿਸੇ ਕੋਲ, ਸਾਡੇ ਕੋਲ ਵੀ ਆਇਆ ਤਾਂ ਉਹਨੇ ਵੀ ਚਾਹ ਪੀਣੀ ਹੈ, ਅਤੇ ਤੁਹਾਡੇ ਕੋਲ ਖਰਚਾ ਨਹੀਂ ਆਉਣੀ, ਇਨਕਮ ਨਹੀਂ ਆਉਣੀ, ਤਾਂ ਖਰਚਾ ਕਿੱਥੋਂ ਕਰਨਾ ਹੈ। ਇਹ ਸਰਕਾਰਾਂ ਇਹ ਕੋਈ ਚੀਜ਼ ਕੁਛ ਨਹੀਂ ਸੋਚਦੀਆਂ, ਉਹਨਾਂ ਦੀਆਂ ਤਾਂ ਪੈਨਸ਼ਨਾਂ ਵੀ ਲੱਗੀਆਂ, ਤਨਖਾਹਾਂ ਵੀ ਲੱਗੀਆਂ, ਭਾਵੇਂ ਕਰਫਿਊ ਚੱਲੇ ਕੁਛ ਚੱਲੇ, ਅਤੇ ਪਬਲਿਕ ਜਿਹੜੀ ਸਿਵਲ ਬੰਦਾ ਨਾ ਫਰਕ ਉਹਨੂੰ ਪੈਂਦਾ, ਸਰਕਾਰੀ ਮੁਲਾਜ਼ਮ ਨੂੰ ਕੋਈ ਫਰਕ ਨਹੀਂ, ਕਿਉਂ ਉਹਨੂੰ 12 ਮਹੀਨੇ ਦੀ ਤਨਖਾਹ ਹੈ, ਉਹਨੂੰ ਐਤਵਾਰ ਵੀ ਤਨਖਾਹ ਮਿਲਦੀ, ਸਾਨੂੰ ਐਤਵਾਰ ਵੀ ਕੰਮ ਕਰਨਾ ਪੈਂਦਾ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਭਾਈ ਸਾਹਿਬ ਨੇ ਬਟਾਲੇ ਦੇ ਨੇ ਜਿਨ੍ਹਾਂ ਨੇ ਆਪਣਾ ਦੁੱਖੜਾ ਦੱਸਿਆ ਕਿ ਆਮ ਲੋਕਾਂ ਵਾਸਤੇ ਬਹੁਤ ਇਸ ਟਾਈਮ ਮੁਸ਼ਕਲ ਆ ਘਰ ਚਲਾਉਣਾ, ਘਰ ਚਲਾਉਣਾ ਔਖਾ ਬਣਿਆ ਵਾ। ਜੇਕਰ 300-400 ਰੁਪਇਆ ਦਿਹਾੜੀ ਦਾ ਕਮਾਉਂਦਾ ਵਾ ਤਾਂ ਕਿਤੇ ਨਾ ਕਿਤੇ ਉਸਦਾ ਪਰਿਵਾਰ ਪਾਲਣਾ ਔਖਾ ਹੋਇਆ ਵਾ ਕਿ ਆਪਣੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਚਲਾਏਗਾ ਜਾਂ ਪਰਿਵਾਰ ਨੂੰ ਕਿਸ ਤਰੀਕੇ ਨਾਲ ਪਾਲੇਗਾ। ਜ਼ਰੂਰ ਗੱਲਬਾਤ ਕਰ ਲਾਂਗੇ ਇੱਥੇ ਰੇਹੜੀ ਚਾਲਕ ਨੇ। ਭਾਅ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਰੇਟ ਕਿਸ ਤਰ੍ਹਾਂ ਕਹਿਣਾ ਸਬਜ਼ੀ ਦੇ ਹੁਣ, ਕਿਉਂਕਿ ਡਰਾਈਵਰਾਂ ਦੀ ਵੀ ਹੜਤਾਲ ਆ, ਪਿੱਛੋਂ ਮਾਲ ਆਉਣਾ ਨਹੀਂ ਤਾਂ ਫਿਰ ਔਖਾ ਨਹੀਂ ਹੋਏਗਾ? ਬਹੁਤ ਔਖਾ ਹੋਏਗਾ ਜੀ, ਜਦੋਂ ਮਾਲ ਹੀ ਆਏਗਾ ਜਿਹੜਾ ਇੱਕ ਕਹਿੰਦੇ ਰੇਟ ਨੂੰ ਕਾਫੀ ਫਰਕ ਪਏਗਾ। ਜਿਹੜੀ ਕਹਿੰਦੇ ਚੀਜ਼ ਆਪਾਂ ਕਹਿੰਦੇ ਕੋਈ 30-40 ਰੁਪਏ ਕਿਲੋ ਵੇਚਦੇ ਸੀ ਉਹ ਅੱਜ ਪਹਿਲੇ ਦਿਨ ਹੀ ਅੱਜ ਉਹ 60-80 'ਤੇ ਪਹੁੰਚ ਗਈ ਹੈ, ਯਾਨੀ ਕਿ ਡਬਲ ਰੇਟ ਹੋ ਗਿਆ। ਅੱਜ ਹੜਤਾਲ ਕੱਲ੍ਹ ਤੋਂ ਸ਼ੁਰੂ ਹੋਣੀ ਆ, ਵਪਾਰੀ ਵਰਗ ਨੇ ਪਹਿਲੇ ਹੀ ਰੇਟ ਕਾਫੀ ਤਾਂ ਕਰਤੇ ਆ, ਕਾਫੀ ਮੁਸ਼ਕਲ ਆਏਗੀ ਜੀ ਇਹਨਾਂ ਦਿਨਾਂ ਦੇ ਵਿੱਚ। ਅੱਗੇ ਵੀ ਕਦੇ ਰੇਟ ਵਧੇ ਆ ਕਿ ਜਾਂ ਪਹਿਲੀ ਵਾਰੀ ਵਧੇ? ਨਹੀਂ ਜੀ, ਇਹਨਾਂ ਦਿਨਾਂ 'ਚ ਸਾਡੇ ਸੌਦੇ ਦਾ ਤਾਂ ਰੇਟ ਤਾਂ ਨਹੀਂ ਕਦੀ ਵਧੇ ਸੀ, ਸਾਡੇ ਸੌਦੇ ਦਾ ਰੇਟ ਮੰਦੇ ਹੁੰਦੇ ਸੀ, ਐਤਕੀ ਬਹੁਤ ਜ਼ਿਆਦਾ ਰੇਟ ਵਧੇ ਦੇ ਆ। ਯਾਨੀ ਕਿ ਆਪਾਂ ਇਹੀ ਅਦਰਕ ਮਿਰਚ ਟਮਾਟਰ ਲਸਣ ਹੀ ਲਾਉਂਦੇ ਹਾਂ, ਐਤਕੀ ਤਾਂ ਬਹੁਤ ਜ਼ਿਆਦਾ ਰੇਟ ਤੇਜ਼ ਆ ਇਹਨਾਂ ਸੌਦਿਆਂ ਦੇ। ਰੇਹੜੀ 'ਤੇ ਜਦੋਂ ਕੋਈ ਜ਼ਿਆਦਾਤਰ ਮਹਿਲਾਵਾਂ ਲੜਦੀਆਂ ਵਾ, ਕਦੀ ਲੜਾਈ ਝਗੜਾ ਨਹੀਂ ਹੁੰਦਾ ਫਿਰ ਰੇਟ ਨੂੰ ਲੈ ਕੇ? ਨਹੀਂ ਜੀ, ਗਾਹਕ ਤਾਂ ਕਹਿੰਦੇ ਅਸੀਂ ਸਸਤਾ ਲਾਓ, ਅਸੀਂ ਕਹਿੰਦੇ ਭੈਣ ਜੀ ਮਗਰ ਹੀ ਮਹਿੰਗਾ ਵਾ ਅਤੇ ਅਸੀਂ ਕਿ ਸਸਤਾ ਕਿੱਦਾਂ ਲਾ ਲਾਂਗੇ, ਅਸੀਂ ਤਾਂ ਇਹੀ ਆ ਕਿ ਚਲੋ 5-10 ਰੁਪਏ ਕਿਲੋ ਦੀ ਕਮਾਈ ਕਰਦੇ ਪਏ ਹਾਂ, ਇਸ ਤੋਂ ਜ਼ਿਆਦਾ ਕਮਾਈ ਨਹੀਂ ਕਰਦੇ। ਅੱਜ ਜੇਕਰ ਦੇਖਿਆ ਜਾਵੇ ਤਾਂ ਅੱਜ ਕਿਹੜੀ ਕਿਹੜੀ ਸਬਜ਼ੀ ਦਾ ਰੇਟ ਜ਼ਿਆਦਾ ਵਾ? ਅੱਜ ਤਾਂ ਸਿਰਫ ਅਜੇ ਮਿਰਚ ਨੂੰ ਜ਼ਿਆਦਾ ਫਰਕਾ ਪਿਆ ਵਾ, ਹਰੀ ਮਿਰਚ ਨੂੰ ਅਤੇ ਟਮਾਟਰ ਨੂੰ ਜ਼ਿਆਦਾ ਫਰਕਾ ਪਿਆ, ਬਾਕੀ ਕੱਲ੍ਹ ਤੋਂ ਜ਼ਿਆਦਾ ਹੋਰ ਤੇਜ਼ ਹੋਏਗਾ, ਪਿਆਜ਼ਾਂ ਨੂੰ ਵੀ ਫਰਕ ਪਏਗਾ। ਬਾਹਰੋਂ ਸਬਜ਼ੀਆਂ ਜਿਹੜੀਆਂ ਆਉਂਦੀਆਂ ਕਿਹੜੀ ਕਿਹੜੀਆਂ ਸਬਜ਼ੀਆਂ ਜਿਹੜੀਆਂ ਆਉਂਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ? ਦੇਖੋ ਜੀ, ਇਸ ਟਾਈਮ ਆਪਣਾ ਲੋਕਲ ਜਿਹੜਾ ਵਾ ਗੋਭੀ ਮਟਰ ਹੀ ਚੱਲਣ ਡਿਆ ਵਾ, ਜਾਂ ਗਾਜਰ ਚੱਲਣ ਡੀ, ਬਾਕੀ ਸਭ ਸੌਦੇ ਬਾਹਰੋਂ ਹੀ ਆਉਂਦੇ ਪਏ ਆ, ਜਿੱਦਾਂ ਪਿਆਜ਼ ਆਲੂ ਵੀ ਆਪਣਾ ਲੋਕਲ ਚੱਲਣ ਡਿਆ, ਪਿਆਜ਼ ਲਸਣ ਮਿਰਚ ਅਦਰਕ ਇਹ ਸਭ ਸੌਦੇ ਬਾਹਰੋਂ ਹੀ ਆਉਂਦੇ ਆ, ਇਹਨਾਂ ਸੌਦਿਆਂ ਨੂੰ ਬਹੁਤ ਫਰਕ ਪਏਗਾ ਆਉਣ ਵਾਲੇ ਟਾਈਮ 'ਚ। ਬਿਲਕੁਲ, ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਰੇਹੜੀ ਚਾਲਕ ਨੇ ਵੀ ਦੱਸਿਆ ਕਿ ਆਮ ਲੋਕਾਂ ਦਾ ਜੀਵਨ ਜਿਹੜਾ ਵਾ ਬੜਾ ਔਖਾ ਵਾ, ਹੜਤਾਲ ਅਜੇ ਸ਼ੁਰੂ ਹੋਣੀ ਹੈ, ਐਲਾਨ ਹੋਇਆ ਵਾ ਤਾਂ ਉਸ ਤੋਂ ਪਹਿਲਾਂ ਅਸੀਂ ਜਿਹੜੇ ਰੇਟ ਨੇ ਅਸਮਾਨ ਨੂੰ ਛੂਹ ਰਹੇ ਨੇ। ਹਰੀ ਮਿਰਚ ਦਾ ਰੇਟ ਦੂਣਾ ਹੋ ਗਿਆ ਵਾ, ਜੇ 30 ਰੁਪਏ ਕਿਲੋ ਸੀ ਤਾਂ ਅੱਜ 60 ਰੁਪਏ ਕਿਲੋ ਆ। ਸਰਕਾਰਾਂ ਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਕਿਉਂਕਿ ਆਮ ਲੋਕਾਂ ਦਾ ਜਿਹੜਾ ਜੀਵਨ ਆ ਉਹ ਬੜਾ ਹੀ ਮੁਸ਼ਕਲ ਬਤੀਤ ਹੋ ਰਿਹਾ। 300-400 ਰੁਪਇਆ ਕਮਾਉਣ ਵਾਲਾ ਆਪਣੇ ਘਰ ਸਬਜ਼ੀ ਲੈ ਕੇ ਜਾਏਗਾ ਤਾਂ ਬਾਕੀ ਜ਼ਰੂਰੀ ਚੀਜ਼ਾਂ ਘਰ ਕਿਸ ਤਰੀਕੇ ਨਾਲ ਲੈ ਕੇ ਜਾਏਗਾ? ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।